ਇਹ ਸੀਟੀਆਂ ਦਾ ਕੀ ਮਤਲਬ ਹੈ? ਸੀਟੀਆਂ 'ਚ ਇੱਕ ਛੇੜਛਾੜ ਹੁੰਦੀ ਆ, ਵੀ ਅਸੀਂ ਸਿਆਸਤ ਨਾਲ ਛੇੜਛਾੜ ਕਰ ਰਹੇ ਹਾਂ। ਮੈਂ ਕਿਸ਼ਤੀ ਤਿਆਗ ਕਰਵਾ ਰਿਹਾ, ਪੈਸੇ ਪੂਸੇ ਆ ਲੈਂਦੇ ਕਰਾਂ, ਜਾਂ ਕਿਸੇ ਨੇ ਹੈਲਪ ਹੁਲਪ ਕਰਤੀ, ਆਪਾਂ ਪਾਣੀ ਵਾਲੀ ਕਿਸ਼ਤੀ ਚਾਲੂ ਕਰ ਦਿੰਦੇ ਨੇ ਲੁਧਿਆਣੇ ਚਲਾਉਣ ਵਾਸਤੇ। ਹਾਂ ਵੀ ਹੋਰ ਕੀ, ਅਗਰ ਇੱਥੋਂ ਆਪਾਂ ਸਮੁੰਦਰ ਨਾਲ ਮੱਛੀਆਂ ਪਾਲਿਆ ਕਰਾਂਗੇ ਲੁਧਿਆਣੇ ਦੇ ਵਿੱਚ, ਅਤੇ ਕਿਸ਼ਤੀਆਂ ਦੇ ਵਿੱਚ ਫਿਰ ਨਾਲ ਮੱਛੀਆਂ ਦਾ ਮੱਛੀ ਪਾਲਣ ਦਾ ਕੰਮ ਕਰਾਂਗੇ, ਕਰਾਂ ਬਾਜ਼ਾਰ ਚੁਕਾ ਦਾਂਗੇ, ਕਰਾਂ ਉਹਨਾਂ ਨੂੰ ਕਹਾਂਗੇ ਮੱਛੀਆਂ ਕੱਢੀ ਚਲੋ ਵਿੱਚ ਚਲੋ। ਪੰਜਾਬ ਦੇ ਵਿੱਚ ਮੁੱਦਿਆਂ ਦੀ ਮਸਲਿਆਂ ਦੀ ਭਰਮਾਰ ਹੈ, ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਪਰ ਅੱਜ ਕੱਲ੍ਹ ਲੋਕ ਸਿਰਫ ਇਹਨੂੰ ਇੱਕ ਸੁਪਨਾ ਮੰਨਦੇ ਆ। ਪੰਜਾਬ ਦੇ ਲੋਕ ਇਸ ਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਉਣ ਦੇ ਲਈ ਬੇਸ਼ੱਕ ਜਿੰਨੀਆਂ ਮਰਜ਼ੀ ਤਰਕੀਬਾਂ ਘੜਨ, ਪਰ ਜਿਹੜੇ ਲੀਡਰ ਹੈ ਉਹ ਕਿਤੇ ਨਾ ਕਿਤੇ ਇਹਨਾਂ ਤਰਕੀਬਾਂ ਨੂੰ ਪੂਰ ਨਹੀਂ ਚੜ੍ਹਨ ਦਿੰਦੇ। ਲੁਧਿਆਣੇ ਦੇ ਵਿੱਚ ਇੱਕ ਆਮ ਜਿਹਾ ਇਨਸਾਨ ਜਿਹੜਾ ਲੋਕ ਸਭਾ ਦੇ ਵਿੱਚ ਆਪਣੇ ਕਾਗਜ਼ ਭਰਦਾ ਔਰ ਲੀਡਰਾਂ ਦੇ ਖਿਲਾਫ਼ ਲੜਨ ਦੀ ਹਿੰਮਤ ਕਰਦਾ, ਟੀਟੂ ਬਾਣੀਆਂ। ਟੀਟੂ ਬਾਣੀਆਂ ਦਾ ਨਾਮ ਪੰਜਾਬ ਦੇ ਵਿੱਚ ਵੱਡਾ ਹੋ ਕੇ ਉੱਭਰਿਆ ਸੀ ਜਦੋਂ ਉਹਨਾਂ ਨੇ ਆਪਣੇ ਕਾਗਜ਼ ਭਰੇ ਸੀ ਰਵਨੀਤ ਬਿੱਟੂ ਹੋਰਾਂ ਦੇ ਖਿਲਾਫ਼, ਔਰ ਵੱਡੇ ਲੀਡਰਾਂ ਦੇ ਖਿਲਾਫ਼ ਉਹਨਾਂ ਨੇ ਲੜਨ ਦਾ ਇੱਕ ਤਹੱਈਆ ਕੀਤਾ ਸੀ। ਟੀਟੂ ਬਾਣੀਆਂ ਅੱਜ ਵੀ ਪੰਜਾਬ ਦੇ ਮਸਲਿਆਂ ਦੇ ਲਈ ਉਨਾ ਹੀ ਸੰਜੀਦਾ ਹੈ। ਟੀਟੂ ਬਾਣੀਆਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਆ, ਕਹਿੰਦੇ ਜੀ ਜਿੰਨੇ ਵਿਧਾਇਕ ਆ ਉਹਨਾਂ ਦੇ ਜਿਹੜੇ ਅਸਤੀਫੇ ਦੇ ਚੁੱਕੇ, ਉਹਨਾਂ ਦੇ ਮਨਜ਼ੂਰ ਨਹੀਂ ਹੋਏ, ਮਨਜ਼ੂਰ ਹੋਣੇ ਚਾਹੀਦੇ ਆ। ਟੀਟੂ ਬਾਣੀਆਂ ਅਤੇ ਉਹਨਾਂ ਦੇ ਸਾਥੀ ਜਿਹੜੇ ਸਾਡੇ ਨਾਲ ਮੌਜੂਦ ਹੈ, ਗਲਾਂ ਦੇ ਵਿੱਚ ਤਖਤੀਆਂ ਪਾ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਆ, ਜਿਨ੍ਹਾਂ ਦੇ ਉੱਪਰ ਲਿਖਿਆ ਹੈ ਕਿ ਮਸਲਾ HS ਫੂਲਕਾ ਦੇ ਅਸਤੀਫੇ ਦਾ, ਨਿਕਲੂ ਜਲੂਸ ਵਾਜਿਆਂ ਦੇ ਨਾਲ ਪੰਜਾਬ ਦੀ ਸਿਆਸਤ ਦਾ। ਦੂਜਾ ਉਹਨਾਂ ਨੇ ਲਿਖਿਆ ਕਿ ਵਿਧਾਨ ਸਭਾ ਸਪੀਕਰ ਇਨਸਾਫ ਦੇ ਦੇਵਤਾ, ਹਲਕੇ ਦਾਖੇ ਨਾਲ ਬੇਇਨਸਾਫੀ ਕਿਉਂ? ਵਿਧਾਨ ਸਭਾ ਸਪੀਕਰ ਵੱਲੋਂ ਆਫਰ, ਹਲਕੇ ਦਾਖੇ MLA ਸਾਹਿਬ ਨਾ ਜਾਓ, ਦਿੱਲੀ ਬੈਠ ਕੇ ਨੋਟ ਕਮਾਓ। ਅਗਲਾ ਉਹਨਾਂ ਨੇ ਲਿਖਿਆ ਕਿ ਵਿਧਾਨ ਸਭਾ ਸਪੀਕਰ ਨੂੰ ਅਪੀਲ ਹੈ ਕਿ ਲੋਕਾਂ ਦਾ ਟੈਕਸ ਰੂਪੀ ਪੈਸਾ ਹੈ ਜਿਹੜਾ, ਉਹ ਲੀਡਰਾਂ ਨੂੰ ਨਾ ਲੁਟਾਓ, ਦੱਸੋ ਕਿਹੜੇ ਕਾਨੂੰਨ 'ਚ ਲਿਖਿਆ ਹੈ ਕਿ MLA ਹਲਕੇ ਵਿੱਚ ਨਾ ਜਾਵੇ ਅਤੇ ਸਰਕਾਰੀ ਸਹੂਲਤਾਂ ਵੀ ਪਾਉਂਦਾ ਰਹੇ। ਟੀਟੂ ਬਾਣੀਆਂ ਸਾਡੇ ਨਾਲ ਆ, ਗੱਲਬਾਤ ਕਰ ਲੈਂਦੇ ਹਾਂ। ਟੀਟੂ ਜੀ, ਕਿਹੜੇ ਕਿਹੜੇ ਮਸਲੇ ਆ, ਕਿਹੜੇ ਕਿਹੜੇ ਮਸਲੇ ਆ ਜਿਨ੍ਹਾਂ ਦੇ ਲਈ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ? ਅਸੀਂ ਜੀ ਪਹਿਲਾਂ ਸਭ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜੀ ਪਹਿਲਾਂ ਸ਼ੁੱਕਰਵਾਰ ਨੂੰ ਧਰਨਾ ਲਾਉਣਾ ਸੀ ਵਿਧਾਨ ਸਭਾ ਸਪੀਕਰ ਦੇ ਖਿਲਾਫ਼, ਅਤੇ ਮੈਨੂੰ ਚੰਡੀਗੜ੍ਹ ਪੁਲਿਸ ਨੇ ਚੁੱਕ ਲਿਆ, ਅਤੇ ਅੱਜ ਫਿਰ ਮੈਂ ਦਸਤਾਰ ਬਣ ਕੇ ਆਇਆ ਵਾਂ। ਮੈਂ ਕਿਹਾ ਵੀ ਆਹ ਜਿਹੜੀ ਹੈਗੀ ਆ ਦਸਤਾਰ ਹੈਗੀ ਆ, ਆਹ ਇੱਕ ਤਾਜ ਆ ਮੇਰੇ ਸਿਰ 'ਤੇ, ਕਿਰਾਂ ਜਿਹਨੇ ਬਥੇਰੀਆਂ ਜਾਨਾਂ ਬਚਾਈਆਂ ਨੇ, ਕਿਰਾਂ ਬਥੇਰੇ ਵਰਲਡ ਵਾਈਡ ਲੜਾਈ ਕੀਤੀਆਂ ਨੇ, ਕਿਰਾਂ ਅਤੇ ਇਹਨਾਂ ਨੇ ਯਾਨੀ ਦਸਤਾਰ ਇੱਕ ਤਕੜੇ ਯਾਨੀ ਚੀਜ਼ ਦਾ ਨਾਂ ਆ, ਕਿਰਾਂ ਅਤੇ ਅੱਜ ਮੈਂ ਬਣ ਕੇ ਆਇਆ ਵਾਂ। ਅਤੇ ਮੈਂ ਅੱਜ ਸਪੀਕਰ ਸਾਹਿਬ ਨੂੰ ਫਿਰ ਬੇਨਤੀ ਕਰਨਾ ਚਾਹੁੰਦਾ ਵਾਂ, ਬਈ ਅਸੀਂ ਅੱਜ ਫਿਰ ਆਏ ਹਾਂ ਇੰਨੀ ਦੂਰੋਂ ਚੱਲ ਕੇ, ਅਸੀਂ ਕਹਿੰਦੇ ਵੀ ਜਿਹੜੇ ਵਿਧਾਇਕ ਨੇ ਜਿਹੜੇ ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ ਵਾ ਉਹਨੂੰ ਮਨਜ਼ੂਰ ਕੀਤਾ ਜਾਵੇ, ਤਾਂ ਜੋ ਲੋਕਾਂ ਦਾ ਟੈਕਸ ਰੂਪੀ ਪੈਸਾ ਇਹਨਾਂ ਨੂੰ ਨਾ ਦਿੱਤਾ ਜਾਵੇ ਅਤੇ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਹੋਵੇ। ਅਸੀਂ ਇਸ ਕਰਕੇ ਆਏ, ਅਸੀਂ ਅਪੀਲ ਵਾਰ ਵਾਰ ਕਰਦੇ ਹਾਂ, ਜੇ ਇਹਨਾਂ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਹੋਰ ਵੀ ਯਾਨੀ ਪੰਗੇ ਲਵਾਂਗੇ। ਕਿਹੋ ਜਿਹੇ ਪੰਗੇ, ਕਿਹੋ ਜਿਹੇ ਪੰਗੇ ਸੋਚਿਆ ਕਿ ਟੀਟੂ ਬਾਣੀਆਂ ਹਮੇਸ਼ਾ ਹੀ ਆਪਣੇ ਵੱਖਰੇ ਤਰੀਕੇ ਨਾਲ ਪ੍ਰੋਟੈਸਟ ਦੇ ਨਾਲ ਜਾਣਿਆ ਜਾਂਦਾ ਹੈ, ਟੀਟੂ ਬਾਣੀਆਂ ਫਿਰ ਹੋਰ ਕਿਹੜੇ ਜਿਹੇ ਪੰਗੇ ਲੈਣ ਜਾ ਰਿਹਾ? ਦੇਖੋ ਜੀ ਪੰਗੇ ਤਾਂ ਮੈਂ ਦੱਸੂੰਗਾ ਬਾਅਦ 'ਚ ਵੀ ਮੈਂ ਕੀ ਲਊਂਗਾ, ਪਹਿਲਾਂ ਆਹ ਗੱਲ ਕਰਦੇ ਹਾਂ ਵੀ ਅਸੀਂ ਆਮ ਜਨਤਾ ਪਬਲਿਕ MLA ਬਣਾਉਂਦੀ ਆ, ਵੀ ਲੋਕਾਂ ਵਾਸਤੇ ਕੰਮ ਕਰੋ। MLA ਸਾਹਿਬ ਸਪੀਕਰ ਬਣਾਉਂਦੇ ਆ, ਅਤੇ ਸਭ ਤੋਂ ਵੱਡਾ ਲੋਕਤੰਤਰ ਦਾ ਘਾਣ ਉਦੋਂ ਹੁੰਦਾ ਵਾ ਜਦੋਂ ਸਾਨੂੰ ਚਾਰ ਬੰਦਿਆਂ ਨੂੰ ਧਰਨਾ ਵੀ ਨਹੀਂ ਲਾਉਣ ਦਿੱਤਾ ਜਾ ਰਿਹਾ। ਸਾਨੂੰ ਸਾਰੇ ਸਪੀਕਰ ਨੂੰ ਤਾਂ ਚਾਹੀਦਾ ਸੀਗਾ ਵੀ ਇੰਨੀ ਦੂਰੋਂ ਆਉਂਦੇ ਆ ਆਪਦੀ ਗੱਡੀ ਭੇਜ ਕੇ ਸਾਨੂੰ ਬੁਲਾਉਂਦੇ, ਸਾਨੂੰ ਕਹਿੰਦੇ ਟੀਟੂ ਬਾਣੀਆਂ ਆਹ ਦੱਸ ਵੀ ਤੇਰੀਆਂ ਮੁਸ਼ਕਲਾਂ ਕੀ ਆ, ਤੇਰੀਆਂ ਮੁਸੀਬਤਾਂ ਕੀ ਆ, ਲੋਕ ਕੀ ਚਾਹੁੰਦੇ ਨੇ, ਕਿਹੜਾ ਉਹ ਬੁਲਾਉਂਦਾ। ਪਰ ਸਾਨੂੰ ਤਾਂ ਇੱਥੇ ਜਦੋਂ ਵੀ ਚੰਡੀਗੜ੍ਹ ਆਉਂਦੇ ਹਾਂ ਸਾਨੂੰ ਪੁਲ ਚੁੱਕ ਕੇ ਲੈ ਜਾਂਦੀ ਆ,
ਸਾਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਨਾਲ ਆਹ ਕਿਉਂ ਵਿਤਕਰਾ ਕੀਤਾ ਜਾ ਰਿਹਾ ਵਾ। ਅਸੀਂ ਕਹਿ ਰਹੇ ਹਾਂ ਵੀ ਸਕੂਲ ਦੇਖ ਲਓ ਤੁਸੀਂ, ਜਿਹੜਾ ਸਰਕਾਰੀ ਸਕੂਲ ਉੱਥੇ ਕਹਿੰਦੇ ਪੈਸਾ ਹੈ ਨਹੀਂ, ਸਿਹਤ ਸਹੂਲਤਾਂ ਵਾਸਤੇ ਪੈਸਾ ਹੈ ਨਹੀਂ, ਥਾਣਿਆਂ ਵਾਸਤੇ ਪੈਸਾ ਹੈ ਨਹੀਂ, ਲੋਕਾਂ ਵਾਸਤੇ ਪੈਸਾ ਹੈ ਨਹੀਂ, ਆਹ ਲੁਟਾਉਣ ਵਾਸਤੇ ਪੈਸਾ ਵਾ। ਆਹ ਸ਼ੁੱਕਰਵਾਰ ਨੂੰ ਇਹਨਾਂ ਨੇ 14 ਮਿੰਟ ਦੀ ਵਿਧਾਨ ਸਭਾ ਚਲਾਈ ਆ, 70 ਲੱਖ ਰੁਪਏ ਖਰਚਤਾ। ਮੈਂ ਕਿਹਾ ਵੀ ਕਿਉਂ 70 ਲੱਖ ਕਿਉਂ ਇੰਨਾ ਕਿਉਂ ਖਰਚਾ ਤੁਸੀਂ, ਜਿੱਥੇ 15 ਮਿੰਟ ਚਲਾਈ ਆ ਉੱਥੇ 2 ਘੰਟੇ ਹੋਰ ਚਲਾ ਲੈਂਦੇ, ਲੋਕ ਮੁੱਦਿਆਂ ਬਾਰੇ ਵੀ ਗੱਲ ਕਰ ਲੈਂਦੇ। ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਲੋਕ ਮੁੱਦਿਆਂ ਦੀ ਗੱਲ ਨਹੀਂ ਕਰਦੇ, ਉਹ ਆਪਣੀ ਆਪਣੀ ਬਾਜੇ ਵਜਾਈ ਜਾਂਦੇ ਆ, ਲੀਡਰ ਲੀਡਰ ਦਾ ਆੜੀ ਅਤੇ ਜਨਤਾ ਦੇ ਵੈਰੀ ਬਣੇ ਹੋਏ ਨੇ। ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੇ ਅਸਤੀਫੇ ਦਿੱਤੇ ਆ, ਜਿਵੇਂ ਖਹਿਰਾ ਸਾਹਿਬ, ਮਾਸਟਰ ਬਲਦੇਵ, ਮਾਨਸਾਹੀਆ ਅਤੇ ਇੱਕ ਸੰਦੋਆ ਸਾਹਿਬ ਅਤੇ ਸਾਡੇ ਫੂਲਕਾ ਸਾਹਿਬ, ਤਾਂ 2 ਸਾਲ ਤੋਂ ਆਏ ਨਹੀਂ ਰਹੇ ਅਤੇ ਉਹਨਾਂ ਦਾ ਬਿਆਨ ਤਾਂ ਆਇਆ ਵਾ, ਵੈਸੇ ਵਧੀਆ ਸਾਡਾ ਦਿਲ ਖੁਸ਼ ਕੀਤਾ ਵਾ ਵੀ ਮੈਂ ਕੇਸ ਕਰੂੰਗਾ ਜੇ ਮੇਰਾ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ, ਅਤੇ ਇਸ ਕਰਕੇ ਅਸੀਂ ਉਹਦੇ ਰਹਿੰਦੇ ਹਾਂ। ਪੰਜਾਬ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਨੇ ਆਉਣਾ ਸੀ ਨਾ ਤਾਂ ਵਾਅਦੇ ਕੀਤੇ ਸੀਗੇ, ਕਹਿੰਦੇ ਜੀ ਅਸੀਂ ਨਸ਼ੇ ਦਾ ਲੱਕ ਤੋੜ ਦਿਆਂਗੇ, ਗੁਟਕਾ ਸਾਹਿਬ ਦੀ ਸਹੁੰ ਵੀ ਖਾਧੀ ਗਈ ਸੀ, ਕੀ ਲੱਗਦਾ ਇਹ ਪੰਜਾਬ ਸਰਕਾਰ ਕਾਮਯਾਬ ਹੋਈ ਹੈ ਕਿ ਨਹੀਂ ਹੋਈ? ਨਹੀਂ, ਪੰਜਾਬ ਸਰਕਾਰ ਤਾਂ ਬਿਲਕੁਲ ਫੇਲ ਆ ਜੀ, ਹਰ ਫਰੰਟ 'ਤੇ ਫੇਲ ਆ, ਕਹਿਣ ਨੂੰ ਜੋ ਮਰਜ਼ੀ ਆ ਫੜਾ ਮਾਰੀ ਜਾਣ ਕਰਾਂ। ਬਾਕੀ ਰਹੀ ਨਸ਼ਿਆਂ ਦੀ, ਕਹਿੰਦੇ ਜੀ ਲੱਕ ਤੋੜ ਦਿਆਂਗੇ, ਲੱਕ ਤਾਂ ਮੈਂ ਕਿਹਾ ਟੁੱਟ ਜੂਗਾ, ਮੈਂ ਗਰੰਟੀ ਲੈਂਦਾ ਵਾਂ ਵੀ ਨਸ਼ਿਆਂ ਦਾ ਲੱਕ ਟੁੱਟ ਜੂਗਾ ਜੇ ਪੰਜਾਬ ਦੇ ਵਿੱਚ ਖਾਸ ਕਰ ਦੀ ਖੇਤੀ ਦੀ ਮਨਜ਼ੂਰੀ ਦਿੰਦੇ ਆ, ਜੇ ਸਾਡੇ ਪੰਜਾਬ ਦੇ ਵਿੱਚ ਯਾਨੀ ਡੋਡੇ ਫੀਮ ਦੇ ਠੇਕੇ ਖੋਲ੍ਹਦੇ ਆ ਤਾਂ ਸਾਡੇ ਯਾਨੀ ਜਿਹੜੇ ਭਿਆਨਕ ਨਸ਼ੇ ਨੇ ਜਿਵੇਂ ਆਪਣੇ ਮੈਡੀਕਲ ਨਸ਼ੇ ਲਾ ਲਓ, ਚਿੱਟਾ ਲਾ ਲਓ ਜਾਂ ਕੋਈ ਹੋਰ ਸਰਿੰਜਾਂ ਨਾਲ ਪਤਾ ਨਹੀਂ ਕੀ ਆ, ਉਹ ਖਤਮ ਹੋ ਜਾਣਗੇ ਜੇ ਆਪਣੇ ਆਯੁਰਵੇਦਿਕ ਨਸ਼ੇ ਚਾਲੂ ਹੋ ਜਾਣ। ਸੀਟੀਆਂ ਮਾਰ ਕੇ ਜਿਹੜਾ ਤੁਸੀਂ ਇਹ ਪ੍ਰਦਰਸ਼ਨ ਕਰ ਰਹੇ ਹੋ, ਨਵਾਂ ਤੁਸੀਂ ਤਰੀਕੇ ਦੇ ਨਾਲ ਆਏ ਹੋ ਕਿ ਸੀਟੀਆਂ ਮਾਰਨੀਆਂ, ਇਹ ਸੀਟੀਆਂ ਦਾ ਕੀ ਮਤਲਬ ਹੈ? ਸੀਟੀ 'ਚ ਇੱਕ ਛੇੜਛਾੜ ਹੁੰਦੀ ਆ ਵੀ ਅਸੀਂ ਸਿਆਸਤ ਨਾਲ ਛੇੜਛਾੜ ਕਰ ਰਹੇ ਹਾਂ, ਜਿਵੇਂ ਅਸੀਂ ਪੀਪਣੀਆਂ ਵਜਾਈਆਂ ਸੀਗੀਆਂ, ਪੀਪਣੀਆਂ ਤਾਂ ਵਜਾਈਆਂ ਸੀ ਵੀ ਕੰਨਾਂ ਦਾ ਮੈਲ ਸ਼ਾਇਦ ਉੱਧਰ, ਜਿਹੜੇ ਲੀਡਰ ਹੈਗੇ ਉਹਨਾਂ ਕੰਨਾਂ ਦਾ ਮੈਲ ਉੱਧਰ ਹੋ ਜਾਵੇ, ਲੋਕਾਂ ਦੀ ਆਵਾਜ਼ ਪੈ ਜਾਵੇ। ਅਤੇ ਸਾਡੇ ਤਾਂ ਜੀ ਹਥਿਆਰ ਆਹੀ ਆ ਵੱਡੇ, ਅਸੀਂ ਕੋਈ ਗੁੰਡੇ ਲੋਕ ਨਹੀਂ ਆ, ਅਸੀਂ ਧੱਕਾ ਮੁੱਕੀ ਨਹੀਂ ਕਰਨਾ, ਸਾਡਾ ਤਾਂ ਸੰਤ ਮੂਹ ਢੰਗ ਨਾਲ ਧਰਨਾ ਹੁੰਦਾ ਵਾ, ਸਾਡੇ ਆਹ ਸਭ ਤੋਂ ਵੱਡੇ ਹਥਿਆਰ ਆ, ਦੇਖੋ ਛੇੜ ਰਹੇ ਹਾਂ ਅਸੀਂ ਸਿਆਸਤ ਨੂੰ, ਅਸੀਂ ਸਪੀਕਰ ਨੂੰ ਛੇੜ ਰਹੇ ਹਾਂ, ਸਪੀਕਰ ਸਾਹਿਬ ਮੰਨ ਜਾਓ ਸਾਡੀ ਗੱਲ, ਕੈਪਟਨ ਸਾਹਿਬ ਅਸੀਂ ਉਹਨਾਂ ਨੇ ਛੇੜਛਾੜ ਕਰ ਰਹੇ ਹਾਂ। ਤੁਹਾਨੂੰ ਪਤਾ ਵੀ ਸੀਟੀ ਸਭ ਤੋਂ ਬਦਨਾਮ ਚੀਜ਼ ਆ, ਮੈਨੂੰ ਸੀਟੀ ਮਾਰੀ, ਮੈਨੂੰ ਸੀਟੀ ਮਾਰੀ, ਸੀਟੀ ਮਾਰ ਕੇ ਹਿਲਾਉਣਾ ਉਹਨਾਂ ਨੂੰ। ਹਾਂਜੀ ਹਾਂਜੀ, ਉਹਨੂੰ ਛੇੜਛਾੜ ਕਰ ਰਹੇ ਹਾਂ ਵੀ ਤੁਸੀਂ ਆਹ ਕੰਮ ਕਰੋ, ਹੁਣ ਛੇੜਛਾੜ ਕਰੀ ਫਿਰ ਚੁੰਡੀ ਵੀ ਵੱਢਾਂਗੇ ਕਰਾਂ ਜੇ ਨਾ ਇਹਨਾਂ ਨੇ ਕੰਮ ਕੀਤਾ ਤਾਂ। ਠੀਕ ਹੈ, ਇਹ ਪ੍ਰਦਰਸ਼ਨ ਕਿਵੇਂ ਦਾ ਰਹਿਣ ਵਾਲਾ? ਵਿਧਾਨ ਸਭਾ ਦੇ ਤੁਸੀਂ ਤਕਰੀਬਨ ਨੇੜੇ ਹੀ ਹੋ, ਨਜ਼ਦੀਕ ਹੋ ਉਹਦੇ, ਇਦੂ ਗਾਂਹ ਤੁਸੀਂ ਕਿਸ ਤਰੀਕੇ ਦਾ ਪ੍ਰਦਰਸ਼ਨ ਕਰਨਾ, ਕਿਵੇਂ ਪਹੁੰਚਣਾ ਉੱਥੋਂ ਤੱਕ, ਯਾਨੀ ਕੁੱਲ ਤੁਹਾਡਾ ਜਿਹੜਾ ਮੈਥਡ ਤੁਸੀਂ ਕੀ ਮਿਥ ਕੇ ਆਏ? ਸਭ ਤੋਂ ਪਹਿਲੇ ਜਿਹੜੀ ਚੰਡੀਗੜ੍ਹ ਪੁਲਿਸ ਆ ਬੜੀ ਐਕਟਿਵ ਆ, ਬੜੀ ਸਿਆਣੀ ਆ, ਉਹ ਮੈਨੂੰ ਲੱਭ ਹੀ ਲੈਂਦੀ ਆ। ਪਹਿਲਾਂ ਮੈਨੂੰ ਇਹਨਾਂ ਨੇ ਚਾਹ ਦੇ ਸਟਾਲ ਤੋਂ ਚੁੱਕਿਆ, ਜਾਂ ਚੰਡੀਗੜ੍ਹ ਤੋਂ ਸਾਲਾ 2-4 ਕਿਲੋਮੀਟਰ ਦੂਜੇ ਪਾਸੇ ਸੀਗਾ। ਸਭ ਤੋਂ ਪਹਿਲਾਂ ਮੇਰਾ ਮਕਸਦ ਆ ਚੰਡੀਗੜ੍ਹ ਪੁਲਿਸ ਨੂੰ ਭੰਬੂ ਭੁੱਸੇ 'ਚ ਪਾਉਣਾ, ਤਾਂ ਹੀ ਮੈਂ ਦਸਤਾਰ ਬਣ ਕੇ ਆਇਆ। ਦਸਤਾਰ ਬਣ ਕੇ ਫਿਰ ਟੀਟੂ ਬਾਣੀ ਹੈ ਕਿ ਨਾਮ ਵੀ ਬਦਲਿਆ? ਨਹੀਂ, ਮੈਂ ਟੀਟੂ ਬਣੀਆ ਵੈਸੇ ਤਾਂ, ਜਾਂ ਪੁੱਛਣਗੇ ਮੈਂ ਕਹਿ ਦੂੰਗਾ ਟੀਟੂ ਬਾਣੀ ਸਿੰਘ ਆ, ਕਿਉਂਕਿ ਐਂ ਆ ਨਾ ਜਦੋਂ ਮੈਂ ਚੰਡੀਗੜ੍ਹ ਪੁਲਿਸ ਨੂੰ ਚਕਮਾ ਦੇ ਕੇ ਉੱਥੇ ਜਾ ਕੇ ਪਹੁੰਚਣ 'ਚ ਕਾਮਯਾਬ ਹੋ ਗਿਆ, ਫਿਰ ਤਾਂ ਮੈਨੂੰ ਚੰਡੀਗੜ੍ਹ ਪੁਲਿਸ ਚੁੱਕ ਨਹੀਂ ਸਕਦੀ, ਫਿਰ ਤਾਂ ਮੈਂ ਉੱਥੋਂ ਰੌਲਾ ਪਾਊਂ ਵੀ ਮੈਂ ਤਾਂ ਜਾਣਾ ਨਹੀਂ, ਵੀ ਮੈਂ ਤਾਂ ਇੱਥੇ ਰਹਿਣਾ ਵਾਂ, ਮੈਂ ਤਾਂ ਵਿਧਾਨ ਸਭਾ ਸਪੀਕਰ ਦਰਬਾਰ 'ਤੇ ਬੈਠਾ ਵਾਂ। ਅੱਬਲ ਤਾਂ ਜੀ ਬੇਨਤੀ ਕਰਦੇ ਹੁੰਦੇ ਸਪੀਕਰ ਸਾਹਿਬ ਨੂੰ ਵੀ ਫੋਨ ਫਾਨ ਕਰਕੇ ਤੁਸੀਂ ਮਾੜੇ ਬੰਦੇ ਨੂੰ ਸਾਨੂੰ ਬੁਲਾ ਲਓ ਵੀ ਕੀ ਦੁੱਖ ਤਕਲੀਫ ਆਣੇ ਕਰਾਂ, ਅਤੇ ਫਿਰ ਤੁਹਾਡੀ ਵੀ ਬੱਲੇ ਬੱਲੇ ਹੋਣੀ ਆ। ਪਤਾ ਨਹੀਂ ਆਹ ਲੋਕ ਸੋਚਦੇ ਨੇ ਵੀ ਗਰੀਬ ਨੂੰ ਅਸੀਂ ਫੋਨ ਕਰਨਾ ਹੀ ਨਹੀਂ, ਅਤੇ ਚਲੋ ਕੋਈ ਗੱਲ ਨਹੀਂ ਕਰਨਾ, ਅਸੀਂ ਤਾਂ ਹੁਣ ਛੇੜਖਾਨੀ ਤਾਂ ਕਰਾਂਗੇ। ਟੀਟੂ ਬਾਣੀਆ, ਜਦੋਂ ਤੁਸੀਂ ਜਦੋਂ ਕਾਗਜ਼ ਭਰੇ ਸੀ ਨਾ ਲੋਕ ਸਭਾ ਦੇ, ਤਾਂ ਇੱਕ ਗੱਲ ਤੁਸੀਂ ਬੜੀ ਦੱਸੀ ਸੀ ਕਿ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਹੈ, ਅਤੇ ਤੁਸੀਂ ਆਪਣੇ ਕੁਝ ਸਾਧਨ ਵੇਚ ਕੇ ਯਾਨੀ ਆਪਣਾ ਜਿਹੜਾ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਸੀ।
ਅੱਜ ਵੀ ਤੁਸੀਂ ਪੰਜਾਬ ਦੇ ਵਾਸਤੇ ਲੜ ਰਹੇ ਹੋ, ਕੀ ਮੰਨ ਕੇ ਲੜ ਰਹੇ ਹੋ ਕਿ ਕਿਤੇ ਨਾ ਕਿਤੇ ਇਹਦਾ ਅਸਰ ਹੋਊਗਾ, ਜਾਂ ਫਿਰ ਸਿਰਫ ਲੀਡਰ ਐਵੇਂ ਵਾਅਦੇ ਤੇ ਦਾਅਵੇ ਐਂ ਕਰਦੇ ਰਹਿਣਗੇ? ਦੇਖੋ ਜੀ, ਤੁਸੀਂ ਪੈਸੇ ਦੀ ਗੱਲ ਕਰ ਰਹੇ ਹਾਂ, ਅੱਜ ਅਸੀਂ ਸ਼ੁੱਕਰਵਾਰ ਨੂੰ ਵੀ ਚੰਡੀਗੜ੍ਹ ਆਏ ਸੀ, ਅੱਜ ਵੀ ਆਏ ਹਾਂ, ਸਾਨੂੰ ਪਤਾ ਅਸੀਂ ਪੈਸੇ ਦਾ ਕਿਵੇਂ ਇੰਤਜ਼ਾਮ ਕਰ ਰਹੇ ਹਾਂ। ਅਸੀਂ ਜਵਾਕਾਂ ਦੀ ਫੀਸਾਂ ਇੱਧਰ ਲਾ ਰਹੇ ਹਾਂ, ਘਰ ਦੇ ਸਮਾਨ ਕਹਿੰਦੇ ਆਹ ਲਿਆ ਦੇ, ਅਸੀਂ ਆਪਦੇ ਜਵਾਕਾਂ ਦੇ ਢਿੱਡ ਦੇ ਪੱਟੀ ਬਣ ਬਣ ਕੇ ਆਹ ਕੰਮ ਕਰ ਰਹੇ ਹਾਂ। ਆਹ ਸਾਡਾ ਰੱਬ ਜਾਣਦਾ ਵਾ, ਕੋਈ ਸਾਡੇ ਅਸੀਂ ਸਾਨੂੰ ਜੇ ਕਹਿ ਦਾਂਗੇ ਸਾਨੂੰ ਕਿਸੇ ਪੈਸੇ ਦੀ ਲੋੜ ਨਹੀਂ ਆ, ਪੈਸੇ ਮੈਨੂੰ ਦੇਣ ਵਾਲੇ ਬਥੇਰੇ ਨੇ, ਕਿਹੜਾ ਮੈਂ ਲੈਂਦਾ ਹੀ ਨਹੀਂ, ਕਿਹੜਾ ਕਈ ਵਾਰ ਹੋ ਜਾਂਦਾ ਅਗਲਾ ਕਹਿੰਦਾ ਇੰਟਰਵਿਊ ਦੇ ਰਹੇ ਆ, ਪੈਸੇ ਇਕੱਠੇ ਕਰਨ, ਸਾਨੂੰ ਪੈਸਿਆਂ ਦੀ ਗੱਲਬਾਤ ਨਹੀਂ ਆ, ਅਸੀਂ ਆਹ ਗੱਡੀ ਮੇਰੀ ਹੈਗੀ ਆਲਟੋ, ਵਿਧਾਨ ਸਭਾ ਚੋਣਾਂ ਲੜੂੰਗਾ, ਇਹਨੂੰ ਵੇਚ ਕੇ ਲੜ ਲੂੰ, ਕਿਉਂਕਿ ਮੇਰਾ ਤਾਂ ਇੱਕ ਖਰਚਾ ਵੀ ਲਿਮਿਟਡ ਹੁੰਦਾ ਵਾ, ਆਹ ਕਰੋੜਾਂ ਰੁਪਈਆ ਜਿਹੜਾ ਲਾ ਕੇ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਮਨ ਬਣਾਇਆ ਹੋਇਆ? ਹਾਂਜੀ, ਮੈਂ ਲੜੂੰਗਾ ਜੀ, ਮੈਂ ਆਪਣੇ ਕਾਗਜ਼ ਚੁੱਕ ਕੇ ਫੁਲਕਾ ਸਾਹਿਬ ਦਾ ਸਾਥ ਦਿੱਤਾ ਸੀਗਾ, ਲੋਕ ਹੁਣ ਮੇਰੇ ਨਾਲ ਕੁੱਤੇ ਖਾਣੀ ਕਰ ਰਹੇ ਆ, ਉਹ ਕਹਿੰਦੇ ਵੀ ਤੂੰ ਆਪ ਹੀ ਖੜ ਜਾਂਦਾ, ਸ਼ਾਇਦ ਥੋੜ੍ਹੇ ਮੋਟੀਆਂ ਵੋਟਾਂ ਪੈਂਦੀਆਂ, ਸ਼ਾਇਦ ਤੂੰ ਜਿੱਤ ਵੀ ਜਾਂਦਾ, ਲੇਕਿਨ ਹੁਣ ਤਾਂ ਵੀ ਮੈਂ ਜੇ ਕਿਸੇ ਪਾਰਟੀ ਨੇ ਤਾਂ ਮੈਨੂੰ ਲੱਗਦਾ ਮੈਨੂੰ ਦੇ ਰਹੀ ਨਹੀਂ ਡਾਇਰੈਕਟ ਕਿਸੇ ਨੇ ਵੀ, ਕੋਈ ਪਾਰਟੀ ਕੋਈ ਮਾੜੀ ਨਹੀਂ ਆਉਂਦੀ, ਅਤੇ ਸ਼ਾਇਦ ਆਜ਼ਾਦੀ ਲੜਾਂਗਾ। ਪੰਜਾਬ ਦੇ ਨਾ ਲੋਕਾਂ ਦੀ ਇੱਕ ਤ੍ਰਾਸਦੀ ਹੈ ਕਿ ਜਿਹੜਾ ਬੰਦਾ ਪੰਜਾਬ ਦੇ ਵਾਸਤੇ ਲੜਦਾ ਉਹਦੇ ਨਾਲ ਲੋਕ ਬਹੁਤ ਘੱਟ ਖੜ੍ਹੇ ਹੁੰਦੇ ਆ, ਤੁਹਾਨੂੰ ਕੀ ਲੱਗਦਾ ਤੁਹਾਡੇ ਨਾਲ ਕਿੰਨੇ ਕੁ ਲੋਕ ਜੁੜੇ ਆ, ਕੀ ਇਮਾਨਦਾਰ ਲੋਕ ਨੇ ਜਿਹੜੇ ਤੁਹਾਡਾ ਸਾਥ ਦੇਣ ਵਾਸਤੇ ਖੜ੍ਹੇ ਹੋਏ ਹੁਣ ਤੱਕ? ਨਹੀਂ, ਮੈਂ ਜੀ ਪੰਜਾਬ ਦੇ ਵਿੱਚ ਸਿਆਸਤ ਨੂੰ ਨਹੀਂ ਮਾੜਾ ਕਹਿੰਦਾ, ਮੈਂ ਲੋਕਾਂ ਨੂੰ ਮਾੜਾ ਕਹਿਣ ਲੱਗ ਗਿਆ, ਕਿਉਂਕਿ ਲੋਕ ਬੋਲਦੇ ਨਹੀਂ, ਵੱਡਾ ਲੀਡਰ ਆਉਂਦਾ ਸੈਲਫੀਆਂ ਖਿਚਾ ਕੇ ਫੋਟੋ ਪਾਈ ਜਾਂਦੇ ਆ, ਸੈਲਫੀਆਂ ਖਿਚਾ ਕੇ ਫੋਟੋ ਪਾਈ ਜਾਂਦੇ ਆ, ਕਿਉਂਕਿ ਮੈਂ ਜਿੰਨੇ ਵੀ ਕੰਮ ਕੀਤੇ ਆ, ਮੈਂ ਕੂੜੇ ਢੇਰ 'ਤੇ ਨੱਚਿਆ ਕੂੜਾ ਚੱਕਿਆ ਗਿਆ, ਮੈਂ ਨਹਿਰਾਂ 'ਤੇ ਨੱਚਿਆ ਨਹਿਰਾਂ ਦਾ ਰੌਲਾ ਪੈ ਗਿਆ, ਨਹਿਰਾਂ ਸਾਫ਼ ਹੋਈਆਂ, ਮੈਂ ਗੰਦੇ ਨਾਲੇ 'ਤੇ ਖੁਸਰੇ ਲੈ ਕੇ ਮਹੰਤ ਲੈ ਕੇ ਅਸੀਂ ਉੱਥੇ ਨੱਚੇ ਆ, ਉਹਦਾ ਰੌਲਾ ਪੈ ਗਿਆ ਵੀ 3 ਸਾਲਾਂ ਦੇ ਵਿੱਚ ਬਿੱਟੂ ਜੀ ਨੇ ਬਿਆਨ ਦਿੱਤਾ ਵੀ ਸਾਫ਼ ਕਰਾਂਗੇ। ਲੋਕ ਯਾਨੀ ਕਰਦੇ ਆ, ਲੇਕਿਨ ਸਾਡੇ ਲੋਕ ਬੋਲਦੇ ਨਹੀਂ, ਕਿਰਾ ਡਰਦੇ ਮਾਰੇ ਨਹੀਂ ਬੋਲਦੇ, ਜਾਂ ਐਵੇਂ ਬਸ ਪਾਰਟੀਆਂ ਮਗਰ ਲੱਗੇ ਹੋਏ ਆ, ਸਾਡੀ ਪਾਰਟੀ ਆ ਸਾਡੀ ਪਾਰਟੀ ਆ। ਜਿਹੜੇ ਸਿਆਣੇ ਬੰਦੇ ਆ ਉਹ ਕੋਈ ਕਹਿੰਦੇ ਤਾਂ ਇਸ ਪਾਰਟੀ ਨੂੰ ਵੋਟ ਪਾਉਣਾ, ਉਹਨੇ ਸਾਡੇ ਪੰਜਾਬ ਦਾ ਬੇੜਾ ਕਰਕੇ ਕਰ ਦਿੱਤਾ ਉਹਨਾਂ ਨੇ। ਜਿਹੜੇ ਜਦੋਂ ਮੀਂਹ ਪੈ ਜਾਂਦਾ ਨਾ, ਲੁਧਿਆਣੇ ਦੀਆਂ ਖਬਰਾਂ ਬੜੀਆਂ ਆਉਂਦੀਆਂ ਵੀ ਲੁਧਿਆਣੇ ਦੇ ਵਿੱਚ ਪਾਣੀ ਬਹੁਤ ਖੜਦਾ, ਪਿੱਛੇ ਜੇ ਇੱਕ ਤੁਹਾਡੇ ਲੁਧਿਆਣੇ ਦੇ ਵਿਧਾਇਕ ਰਕੇਸ਼ ਪਾਂਡੇ ਨੇ ਧਰਨਾ ਲਾਇਆ ਸੀ, ਉਹਨਾਂ ਨੂੰ ਵੀ ਆਪਦੀ ਸਰਕਾਰ ਦੇ ਖਿਲਾਫ ਧਰਨਾ ਲਾਉਣਾ ਪੈ ਗਿਆ, ਅਤੇ ਉਹਨਾਂ ਨੇ ਇਹ ਗੱਲ ਕਿਤੇ ਨਾ ਕਿਤੇ ਸਪਸ਼ਟ ਹੁੰਦੀ ਸੀ ਕਿ ਲੁਧਿਆਣੇ ਦੇ ਵਿੱਚ ਜਿਹੜੀ ਕਾਂਗਰਸੀ ਲੀਡਰਸ਼ਿਪ ਹੈ ਕਿਤੇ ਨਾ ਕਿਤੇ ਉਹਨਾਂ ਦੀ ਆਪਸੀ ਖਿੱਚੋਤਾਣ ਹੈ, ਇਹਦਾ ਕੀ ਮਤਲਬ? ਦੇਖੋ ਜੀ, ਮੈਂ ਰਕੇਸ਼ ਪਾਂਡੇ ਦੀ ਗੱਲ ਤਾਂ ਨਹੀਂ ਕਰਦਾ, ਮੈਂ ਕਰਾਂ ਕਿਉਂਕਿ ਉਹ ਤਾਂ ਵਿਚਾਰੇ ਦੇ ਹੱਕ ਪਹਿਲੀ ਸਰਕਾਰ ਦੱਬ ਗਈ ਆ, ਜਿਹੜਾ ਇੰਨੀ ਵਾਰੀ ਜਿੱਤਿਆ ਹੋਵੇ ਉਹਨੂੰ ਮੰਤਰੀ ਦਾ ਅਹੁਦਾ ਸੀਗਾ, ਇੱਕ ਉਹਦੇ ਮਨ ਦੇ ਵਿੱਚ ਆ ਵੀ ਗੁੱਸਾ ਗਿਲਾ। ਬਾਕੀ ਉੱਥੇ ਮੀਂਹ ਬਹੁਤ ਪੈਂਦਾ ਵਾ, ਤੁਹਾਨੂੰ ਵੀ ਪਤਾ ਵਾ, ਮੈਂ ਕਿਸ਼ਤੀ ਤਿਆਰ ਕਰਵਾ ਰਿਹਾ, ਪੈਸੇ ਪੂਸੇ ਆ ਲੈਂਦੇ ਕਿਰਾ, ਜਾਂ ਕਿਸੇ ਨੇ ਹੈਲਪ ਹੁਲਪ ਕਰਤੀ, ਆਪਾਂ ਪਾਣੀ ਵਾਲੀ ਕਿਸ਼ਤੀ ਚਾਲੂ ਕਰ ਦਿੰਦੇ ਨੇ ਕਿਰਾ ਲੁਧਿਆਣੇ ਚਲਾਉਣ ਵਾਸਤੇ। ਹਾਂ ਭਾਈ, ਹੋਰ ਕੀ ਅਗਰ ਇੱਥੋਂ ਆਪਾਂ ਸਮੁੰਦਰ ਨਾਲ ਮੱਛੀਆਂ ਪਾਲਾ ਕਰਾਂਗੇ ਲੁਧਿਆਣੇ ਦੇ ਵਿੱਚ, ਅਤੇ ਕਿਸ਼ਤੀਆਂ ਦੇ ਵਿੱਚ ਫਿਰ ਨਾਲ ਮੱਛੀਆਂ ਦਾ ਮੱਛੀ ਪਾਲਣ ਦਾ ਕੰਮ ਕਰਾਂਗੇ ਕਿਰਾ, ਬਾਜ਼ਾਰ ਚੁਕਾ ਦਾਂਗੇ ਕਿਰਾ, ਉਹਨਾਂ ਨੂੰ ਕਹਾਂਗੇ ਮਛਲੀਆਂ ਕੱਢੀ ਚਲੋ ਵਿੱਚ ਚਲੋ। ਟੀਟੂ ਬਾਣੀਆਂ ਵਿਧਾਇਕ ਬਣਨ ਤੋਂ ਬਾਅਦ ਕਰੇਗਾ, ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕਰੇਗਾ, ਜਾਂ ਫਿਰ ਇਹ ਪ੍ਰੋਟੈਸਟ ਦੇ ਦੌਰਾਨ ਕਰੇਗਾ? ਨਹੀਂ ਜੀ, ਆ ਤਾਂ ਐਂ ਆ ਜੀ, ਦੇਖੋ ਮੇਰੇ ਕੋਲ ਅੱਜ ਕੋਈ ਪਾਵਰ ਨਹੀਂ ਆ, ਮੈਂ ਬਗੈਰ ਪਾਵਰ ਤੁਰਿਆ ਫਿਰਦਾ, ਮੈਂ ਕੈਮਸੀ ਤੱਕ ਨਹੀਂ ਆ, ਮੈਂ ਫਿਰ ਵੀ ਕਿੰਨੇ ਕੰਮ ਕਰ ਰਿਹਾ ਵਾਂ। ਅਸਲੀ ਪਾਵਰ ਤਾਂ ਬੰਦੇ ਕੋਲ ਉਦੋਂ ਆਉਂਦੀ ਆ, ਮੈਂ ਅਜੇ ਆਪਣੀ ਪਾਵਰ ਨਹੀਂ ਮੰਨਦਾ, ਪਤਾ ਨਹੀਂ ਲੋਕ ਕਿਵੇਂ ਮੰਨਦੇ ਆ, ਮੇਰੀ ਮੰਨਦੇ ਆ ਪਤਾ ਨਹੀਂ ਮੰਨਦੇ ਆ, ਮੈਂ ਪਾਵਰ ਨਹੀਂ ਮੰਨਦਾ। ਜਦੋਂ ਪਾਵਰ MLA ਦੇ ਹੱਥ 'ਚ ਆ ਗਈ ਫਿਰ ਪਾਵਰ ਬੰਦੀ ਬਣ ਜਾਂਦੀ ਆ, ਹੁਣ ਤਾਂ ਸਾਨੂੰ ਖਤਰਾ ਹੀ ਬਹੁਤਾ, ਹੁਣ ਤਾਂ ਪੈਲਸ ਚੁੱਕ ਵੀ ਲੈਂਦੀ ਆ, ਲੇਕਿਨ ਉਦੋਂ ਫਿਰ ਪੁਲਿਸ ਥੋੜ੍ਹੀ ਚੱਕੂਗੀ, ਉਦੋਂ ਕਾਨੂੰਨ ਉਹਨਾਂ ਨੂੰ ਹੋਊਗਾ ਵੀ MLA ਸਾਹਿਬ ਆਏ ਆ, ਸਾਨੂੰ ਅੰਦਰ ਵੀ ਹੁਣ ਇੱਕ ਕਾਨੂੰਨ ਹੋਰ ਆ, ਵਿਧਾਨ ਸਭਾ ਜਾਂਦੇ ਆ ਉੱਥੇ MLA ਤਾਂ ਆਪਣੇ ਧਰਨੇ ਲਾਈ ਜਾਂਦੇ ਆ, ਪ੍ਰੋਟੈਸਟ ਕਰੀ ਜਾਂਦੇ ਆ, ਸਾਨੂੰ ਕਰ ਨਹੀਂ ਦਿੱਤਾ ਜਾਂਦਾ ਜਿਹਨਾਂ ਨੇ ਬਣਾ ਕੇ, ਯਾਨੀ ਕਾਨੂੰਨ ਗਲਤ ਬਣੇ ਹੋਏ ਆ। ਸਾਡੇ ਨਾਲ ਉਹਨਾਂ ਦੇ ਟੀਟੂ ਬਾਣੀਆਂ ਦੇ ਨਾਲ ਜਿਹੜੇ ਸਾਥੀ ਆਏ ਆ ਉਹ ਵੀ ਹਾਜ਼ਰ ਨੇ, ਕੀ ਮੰਨਦੇ ਹੋ ਜੀ ਟੀਟੂ ਬਾਣੀਆਂ
ਵੱਖਰੇ ਤਰੀਕੇ ਦੇ ਨਾਲ ਪ੍ਰੋਟੈਸਟ ਕਰਨ ਦੇ ਵਿੱਚ ਜਾਣੇ ਜਾਂਦੇ ਆ, ਪੰਜਾਬ ਦੇ ਮੁੱਦਿਆਂ ਦੀ ਲੜਦੇ ਆ, ਤੁਸੀਂ ਕਿਹਨਾਂ ਕਿਹਨਾਂ ਚੀਜ਼ਾਂ ਨੂੰ ਸੋਚ ਕੇ ਟੀਟੂ ਬਾਣੀਆਂ ਦੇ ਨਾਲ ਜਾਣੀ ਉਹਨਾਂ ਦਾ ਸਾਥ ਦੇ ਰਹੇ ਹੋ ਕਿ ਟੀਟੂ ਬਾਣੀਆਂ ਸਹੀ ਲੜ ਰਿਹਾ ਅਤੇ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ? ਦੇਖੋ ਜੀ, ਮੈਂ ਰਣਜੀਤ ਸਿੰਘ ਘੁਮਾਣ, ਮੈਂ ਟੀਟੂ ਬਾਣੀ ਜੀ ਦੇ ਨਾਲ ਸਾਨੂੰ 1.5 ਸਾਲ ਹੋ ਗਿਆ ਇਕੱਠਿਆਂ ਚੱਲਿਆਂ ਨੂੰ। ਪਹਿਲਾਂ ਇਹਨਾਂ ਨੇ ਧਰਨਾ ਲਾਇਆ ਸੀਗਾ ਖਸਖਸ ਦੀ ਖੇਤੀ ਬਾਰੇ ਮੁੱਲਾਪੁਰ, ਬਸ ਉਸ ਦਿਨ ਤੋਂ ਲੈ ਕੇ ਮੈਂ ਇਹਨਾਂ ਦੇ ਨਾਲ ਜਿਹੜੇ ਲੋਕ ਮੁੱਦੇ ਆ, ਲੋਕ ਮੁੱਦਿਆਂ ਦਾ ਅਤੇ ਬਾਕੀ ਸਿਆਸੀ ਲੀਡਰਾਂ ਦੇ ਖਿਲਾਫ ਜਿਹੜੀਆਂ ਉਹਨਾਂ 'ਚ ਊਣਤਾਈਆਂ ਨੇ, ਉਹਨਾਂ ਨੂੰ ਲੋਕਾਂ ਦੇ ਵਿੱਚ ਲਿਆਉਣ ਲਈ ਜੋ ਇੱਕ ਉਪਰਾਲੇ ਕਰਦੇ ਆ, ਬਿਲਕੁਲ ਜਾਇਜ਼ ਨੇ ਉਹ, ਉਸ ਨੂੰ ਕੋਈ ਵੀ ਨਹੀਂ ਲੈਂਦਾ। ਹਾਲਾਂਕਿ ਮੈਂ ਇੱਕ ਚੰਗੀ ਪਾਰਟੀ, ਮੈਨੂੰ ਉਹਨਾਂ ਨੇ ਕਹਿੰਦੇ ਤੂੰ ਇਹ ਕੀ ਕਰਦਾ, ਮੈਂ ਕਿਹਾ ਯਾਰ ਮੁੱਦੇ ਦੇਖ, ਸਾਡੇ ਮੁੱਦੇ ਸਹੀ ਆ ਨਾ, ਕਹਿੰਦੇ ਹਾਂ ਮੁੱਦੇ ਠੀਕ ਆ, ਫਿਰ ਮੈਂ ਕਿਹਾ ਵੀ ਅਸੀਂ ਕਰਾਂਗੇ। ਸੋ ਇਸ ਕਰਕੇ ਆ ਮੁੱਦੇ ਤਾਂ ਹੋਰ ਬਹੁਤ ਨੇ, ਜਿਹੜਾ MLA ਬਣ ਜਾਂਦਾ ਜਾਂਦਾ ਇੱਕ ਦੋ ਤਿੰਨ ਦਫਾ ਬਣ ਕੇ ਕਿੰਨੀਆਂ ਕਿੰਨੀਆਂ ਪੈਨਸ਼ਨਾਂ ਹੀ ਲਈ ਜਾਂਦੇ ਆ। ਕਾਨੂੰਨ ਹੈ ਹੀ ਗਲਤ ਇਹਨਾਂ ਪੰਜਾਬ ਦੇ, ਖਾਸ ਕਰਕੇ ਆਮ ਬੰਦੇ ਲਈ ਕੋਈ ਕਾਨੂੰਨ ਨਹੀਂ ਹੈ, ਸਿਰਫ ਸਿਆਸੀ ਲੀਡਰਾਂ ਲਈ ਕਾਨੂੰਨ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਸਰਬਜੀਤ ਸਿੰਘ ਕੜਵਾਲ ਹੈ ਜੀ। ਅੱਜ ਤੁਸੀਂ ਪ੍ਰੋਟੈਸਟ ਕਰਨ ਜਾ ਰਹੇ ਹੋ, 4 ਬੰਦੇ ਹੋ, ਕੀ ਲੱਗਦਾ ਪਹੁੰਚ ਸਕਦੇ ਹੋ ਵਿਧਾਨ ਸਭਾ ਤੱਕ? ਜੇ ਪਹੁੰਚ ਗਏ ਤਾਂ ਉਦੋਂ ਬਾਅਦ ਕਿਸ ਤਰੀਕੇ ਦਾ ਤੁਹਾਡਾ ਇਹ ਪ੍ਰੋਟੈਸਟ ਤੁਸੀਂ ਕਰੋਗੇ? ਕੋਸ਼ਿਸ਼ ਤਾਂ ਇਹੀ ਆ, ਅਸੀਂ ਘਰੋਂ ਤੁਰ ਕੇ ਤਾਂ ਇਹੀ ਏਮ ਲੈ ਕੇ ਚੱਲੇ ਵੀ ਅਸੀਂ ਸਿਰੇ ਪਹੁੰਚਾਂਗੇ। ਬਾਕੀ ਦੇਖੋ ਸਾਡਾ ਪਿੰਡਾ ਜਿਹੜਾ, ਅਸੀਂ ਕਿੰਨੇ ਕੁ ਮੁਸ਼ੱਕਤ ਕਰਦੇ ਹਾਂ, ਕਿੰਨੀ ਕੁ ਮਿਹਨਤ ਕਰਕੇ ਅਸੀਂ ਪਹੁੰਚਾਂਗੇ, ਜਾਂ ਸਾਨੂੰ ਪੁਲਿਸ ਪਹੁੰਚਣ ਦਿੰਦੀ ਆ ਜਾਂ ਨਹੀਂ ਦਿੰਦੀ, ਠੀਕ ਹੈ ਨਹੀਂ, ਪਰ ਅਸੀਂ ਕੋਸ਼ਿਸ਼ ਸਾਡੀ ਪੂਰੀ ਆ ਵੀ ਅਸੀਂ ਸਿਰੇ ਪਹੁੰਚਾਂਗੇ। ਅਸੀਂ ਇੱਕ ਵਾਰੀ ਸਪੀਕਰ ਸਾਹਿਬ ਨੂੰ ਜ਼ਰੂਰ ਜਾ ਕੇ ਉਹਨਾਂ ਕੋਲ ਇਹ ਉਹਨਾਂ ਦੇ ਮੂੰਹ 'ਤੇ ਜਾ ਕੇ ਗੱਲ ਕਹਿਣੀ ਚਾਹੁੰਦੇ ਹਾਂ ਵੀ ਤੁਸੀਂ ਸਾਡੀ ਆਵਾਜ਼ ਸੁਣੋ। ਜਿਵੇਂ ਤੁਸੀਂ ਹੁਣੇ ਕਿਹਾ ਸੀ ਕਿ ਪੰਜਾਬ ਸੋਨੇ ਦੀ ਚਿੜੀ ਸੀ, ਸੋਨੇ ਦੀ ਚਿੜੀ ਨਹੀਂ, ਤਾਂ ਪਹਿਲਾਂ ਅਬਦਾਲੀ ਹੁਣਾਂ ਨੇ ਬਥੇਰਾ ਲੁੱਟ ਲਿਆ ਸੀਗਾ, ਉਦੋਂ ਬਾਅਦ ਸਾਡੇ ਲੀਡਰ ਲੁੱਟਣ ਲੱਗ ਗਏ। ਜਿਵੇਂ ਘੁਮਾਣ ਸਾਹਿਬ ਨੇ ਕਿਹਾ ਗਾ ਵੀ ਇੱਕ MC ਖੜਾ ਹੋ ਜਾਂਦਾ ਗਾ, ਉਹ ਇੱਕ ਵਾਰੀ 5 ਵਾਰੀ MC ਬਣ ਜਾਂਦਾ, 5 ਤਨਖਾਹਾਂ ਦਾ ਕਿਵੇਂ ਹੱਕ ਆ? ਇੱਕ ਦਾ ਹੱਕ ਰੱਖਦਾ ਗਾ ਉਹ, ਹੈ ਇੱਕ ਫੌਜੀ ਆ ਜਾਂ ਇੱਕ ਕੋਈ ਟੀਚਰ ਹੈਗਾ, ਉਹਨਾਂ ਦੀਆਂ ਪੈਨਸ਼ਨਾਂ ਬੰਦ ਕੀਤੀਆਂ ਜਾਂਦੀਆਂ ਨੇ, ਕਿਉਂ ਬੰਦ ਕੀਤੀਆਂ ਜਾਂਦੀਆਂ? ਹਾਲਾਂਕਿ ਮੇਰਾ ਇਹਨਾਂ ਚੀਜ਼ਾਂ ਨਾਲ ਮਤਲਬ ਨਹੀਂ ਹੈ, ਲੇਕਿਨ ਹੈ ਤਾਂ ਪਬਲਿਕ ਦਾ ਮੁੱਦਾ ਹੀ ਹੈ ਨਾ, ਪਬਲਿਕ ਨੂੰ ਕਿਉਂ ਪਿੱਛੇ ਕੀਤਾ ਜਾਂਦਾ? ਜਿਹੜੇ ਕੰਮ ਨਹੀਂ ਹੈਗੇ ਉਹ ਕੀਤੇ ਜਾਂਦੇ, ਜਿਹੜੇ ਨਹੀਂ ਕੀਤੇ ਜਾਂਦੇ ਉਹ ਕਰਨੇ ਚਾਹੀਦੇ, ਉਹ ਕਰ ਰਹੇ ਨੇ। ਸਾਡੇ ਨਾਲ ਇਹਦੇ ਚੌਥੇ ਸਾਥੀ ਵੀ ਆ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਟੀਟੂ ਬਾਣੀਆਂ ਦੇ ਨਾਲ ਜੁੜੇ ਹੋਏ ਹੋ ਜੀ, ਟੀਟੂ ਬਾਣੀਆਂ ਨੇ ਪਿੱਛੇ ਵੀ ਇਲੈਕਸ਼ਨ ਲੜੇ ਆ, ਲੋਕ ਸਭਾ ਦੇ ਵੀ ਔਰ ਵਿਧਾਨ ਸਭਾ ਦਾ ਵੀ ਉਹਨਾਂ ਨੇ ਕਿਹਾ ਕਿ ਮੈਂ ਹੁਣ ਇਹ ਇਲੈਕਸ਼ਨ ਵੀ ਲੜਨੇ ਆ, ਕੀ ਲੱਗਦਾ ਲੋਕ ਸਾਥ ਦੇਣਗੇ ਵੱਡੇ ਤਰੀਕੇ ਦੇ ਨਾਲ? ਦੇਖੋ ਜੀ, ਮੈਂ ਕੁਲਵੰਤ ਸਿੰਘ ਬੋਪਾ ਰਾਏ ਬੋਲਦਾ। ਮੈਂ ਜੀ ਦੇਖੋ, ਇਹਨਾਂ ਦਾ ਸਾਥ ਅਸੀਂ ਕੀ ਸਾਰੀ ਦੁਨੀਆ ਇਹਨਾਂ ਦਾ ਕਿਸੇ ਦਿਨ ਸਾਥ ਦਊਗੀ, ਕਿਉਂਕਿ ਇਹਨਾਂ ਕੋਲ ਲੋਕ ਮੁੱਦੇ ਨੇ, ਆਪਣੀ ਨਿੱਜੀ ਕੋਈ ਇਹਨਾਂ ਦੀ ਆਪਣੀ ਕੋਈ ਮੰਗ ਨਹੀਂ ਗੀ ਵੀ ਜਿਹੜੇ ਆਪਣੇ ਲਈ ਕਰਦੇ ਨੇ। ਅਸੀਂ ਜੋ ਵੀ ਮੁੱਦਾ ਚੱਕਦੇ ਹਾਂ ਜਾਂ ਟੀਟੂ ਜੀ ਚੱਕਦੇ ਨੇ, ਸਾਰੀਆਂ ਗੱਲਾਂ ਲੋਕਾਂ ਲਈ ਨੇ, ਸਾਡੇ ਲਈ ਨੇ, ਅਸੀਂ ਵੀ ਲੋਕਾਂ 'ਚ ਆਉਂਦੇ ਹਾਂ। ਜੋ ਕੁਛ ਧੱਕਾ ਹੋ ਰਿਹਾ ਇੱਥੇ ਜਾਂ ਪੰਜਾਬ 'ਚ ਨਸ਼ਿਆਂ ਦਾ ਗੜ੍ਹ ਹੋਇਆ, ਅਸੀਂ ਕਹਿੰਦੇ ਹਾਂ ਵੀ ਇਹ ਖਤਮ ਹੋਣਾ ਚਾਹੀਦਾ, ਕਾਨੂੰਨ ਬਣਨੇ ਚਾਹੀਦੇ ਨੇ ਇੱਥੇ। ਲੋਕ ਮੁੱਦਿਆਂ 'ਤੇ ਜਿੰਨਾ ਚਿਰ ਟੀਟੂ ਬਾਣੀਆਂ ਲੜੂਗਾ, ਅਸੀਂ ਉਹਨਾਂ ਦਾ ਸਾਥ ਦਿੰਦੇ ਰਹਾਂਗੇ। ਤਾਂ ਇਹ ਸਨ ਟੀਟੂ ਬਾਣੀਆਂ ਅਤੇ ਉਹਨਾਂ ਦੇ ਸਾਥੀ ਜਿਹੜੇ ਲੋਕ ਮੁੱਦਿਆਂ ਨੂੰ ਲੈ ਕੇ ਅੱਜ ਵਿਧਾਨ ਸਭਾ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਨਾ ਹੈ। ਔਰ ਉਹਨਾਂ ਦਾ ਕਹਿਣਾ ਕਿ ਜਿਹੜੇ ਵਿਧਾਇਕ ਅਸਤੀਫੇ ਦੇ ਚੁੱਕੇ ਆ, ਉਹਨਾਂ ਦੇ ਅਸਤੀਫੇ ਹਾਲੇ ਤੱਕ ਮਨਜ਼ੂਰ ਨਹੀਂ ਹੋਏ ਅਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਉਹਨਾਂ ਨੂੰ ਤਨਖਾਹਾਂ ਵੀ ਜਿਹੜੀਆਂ ਉਹ ਭਾਰੀ ਦਿੱਤੀਆਂ ਜਾ ਰਹੀਆਂ, ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇ, ਨਾ ਕਿ ਜਿਹੜਾ ਲੋਕਾਂ ਦਾ ਪੈਸਾ ਹੈ ਉਹ ਡਿਵੈਲਪਮੈਂਟ 'ਤੇ ਲੱਗ ਸਕੇ, ਵਿਕਾਸ 'ਤੇ ਲੱਗ ਸਕੇ। ਹੁਣ ਦੇਖਣਾ ਹੋਏਗਾ ਕਿ ਟੀਟੂ ਬਾਣੀਆਂ ਵਿਧਾਨ ਸਭਾ ਦੇ ਵਿੱਚ ਵੱਲ ਜਿਹੜੇ ਆ ਚਾਲੇ ਪਾਉਣ ਲੱਗੇ ਆ, ਦੇਖਣਾ ਹੋਏਗਾ ਕਿ ਟੀਟੂ ਬਾਣੀਆਂ ਨੂੰ ਉੱਥੇ ਪਹੁੰਚ ਕੇ ਜਿਹੜਾ ਉਹਨਾਂ ਦੇ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ, ਕਿਹੋ ਜਿਹੇ ਸਲੀਕੇ ਨਾਲ ਉਹਨਾਂ ਦੇ ਨਾਲ ਜਿਹੜੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਹੈ ਉਹ ਕਿਸ ਤਰੀਕੇ ਦੇ ਨਾਲ ਪੇਸ਼ ਆਉਂਦਾ, ਅਤੇ ਟੀਟੂ ਬਾਣੀਆਂ ਵੱਲੋਂ ਚੁੱਕੇ ਗਏ ਮੁੱਦੇ ਉਹ ਵਿਧਾਨ ਸਭਾ ਦੇ ਵਿੱਚ ਸੁਣੇ ਜਾਂਦੇ ਆ ਜਾਂ ਫਿਰ ਇਸ 'ਤੇ ਸਿਆਸਤ ਕਰਕੇ ਟੀਟੂ ਬਾਣੀਆਂ ਦੀ ਆਵਾਜ਼ ਨੂੰ ਫਿਰ ਦਬਾ ਦਿੱਤਾ ਜਾਂਦਾ। ਕੈਮਰਾਮੈਨ ਗੁਰਸਿਮਰਨ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ TV।
ਚੰਡੀਗੜ੍ਹ। ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ